ਸਮੇਂ ਦਾ ਸੱਚ ਇਹ ਹੈ ਕਿ ਇੱਕ ਵੇਲਾ ਸੀ ਜਦੋਂ ਸਾਡੇ ਦੇਸ਼ ਵਿੱਚ ਬੋਲੀ ਮਾਰਨ ਜਾਂ ਗਊ ਮਾਰਨ ਨੂੰ ਮਾਂ ਪਾਪ ਸਮਝਿਆ ਜਾਂਦਾ ਸੀ। ਇੱਥੇ ਹਰ ਜੀਵ ਆਤਮਾ ਵਿੱਚ ਪਰਮਾਤਮਾ ਦਾ ਵਾਸ ਮੰਨਿਆ ਜਾਂਦਾ ਸੀ। ਸਾਡੇ ਸਮਾਜ ਦੇ ਵਿੱਚ ਕਈ ਸਮਾਜਿਕ ਬੁਰਾਈਆਂ ਹਨ ਜਿਸ ਦੇ ਵਿੱਚੋਂ ਇੱਕ ਭਰੂਣ ਹੱਤਿਆ ਵੀ ਇੱਕ ਹੈ। ਇਹ ਬੁਰਾਈ ਕਈ ਸਮੇਂ ਤੋਂ ਚੱਲਦੀ ਆ ਰਹੀ ਹੈ, ਪਰ ਸਾਡੇ ਸਮਾਜ ਵਿੱਚ ਕੁਝ ਇਹੋ ਜਿਹੇ ਵੀ ਲੋਕ ਹਨ ਜੋ ਇਹਨਾਂ ਸਮਾਜਿਕ ਕੁਰੀਤੀਆਂ ਨੂੰ ਰੋਕਣ ਦਾ ਕੰਮ ਕਰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੀ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਭਵਨ ਦੇ ਬਾਹਰ 1 ਜਨਵਰੀ 2018 ਨੂੰ ਭਰੂਣ ਹੱਤਿਆ ਨੂੰ ਰੋਕਣ ਲਈ ਇੱਕ ਪੰਘੂੜਾ ਲਗਾਇਆ ਗਿਆ ਸੀ। ਇਸ ਪੰਘੂੜੇ ਵਿੱਚ 7 ਦਿਨ ਦੀ ਬੱਚੀ ਨੂੰ ਉਸਦੇ ਮਾਪਿਆਂ ਨੇ ਕਿਸੇ ਮਜਬੂਰੀ ਜਾਂ ਅਸਮਰਥਾ ਕਾਰਨ ਛੱਡ ਗਏ, ਜਿੱਥੇ ਉਸਦਾ ਡਾਕਟਰੀ ਦਾ ਮੁਆਇਨਾ ਕਰਵਾ ਕੇ ਪਾਲਣ ਪੋਸ਼ਣ ਲਈ ਸਰਕਾਰੀ ਕੋਸ਼ਿਸ਼ ਸੰਸਥਾ ਦੇ ਵਿੱਚ ਭੇਜ ਦਿੱਤਾ ਗਿਆ ਹੈ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਨੂੰ ਲੋੜਵੰਦ ਜੋੜੇ ਨੂੰ ਸੌਂਪ ਦਿੱਤਾ ਜਾਵੇਗਾ। ਇਸ ਬੱਚੇ ਦੇ ਆਉਣ ਨਾਲ ਹੁਣ ਤੱਕ ਇਹਨਾਂ ਬੱਚਿਆਂ ਦੀ ਗਿਣਤੀ 167 ਹੋ ਗਈ ਹੈ, ਜਿਨ੍ਹਾਂ ਵਿੱਚੋਂ 143 ਲੜਕੀਆਂ ਅਤੇ 24 ਲੜਕੇ ਹਨ। ਇਹ ਬੱਚੀ ਦੀ ਕੋਈ ਬਦਕਿਸਮਤ ਮਾਂ ਬਾਪ ਨੂੰ ਛੱਡ ਗਏ ਆ, 12 ਤਰੀਕ ਨੂੰ ਛੱਡ ਗਏ ਸੀਗੇ ਜੀ। ਉਸ ਤੋਂ ਬਾਅਦ ਸਾਡਾ ਇੱਕ ਪ੍ਰੋਸੀਜਰ ਹੈ ਜੀ ਕਿ ਜਦੋਂ ਕੋਈ ਬੱਚਾ ਇੱਦਾਂ ਆ ਜਾਂਦਾ ਤਾਂ ਪਹਿਲਾਂ ਉਸਦੀ ਮੈਡੀਕਲ ਚੈੱਕਅਪ, ਉਹਦਾ ਦੇਖ ਰੇਖ ਕਰਾਉਣੀ ਜ਼ਰੂਰੀ ਹੁੰਦੀ ਆ, ਕਿਉਂਕਿ ਕਈ ਵਾਰੀ ਜਿਹੜੇ ਛੱਡ ਕੇ ਜਾਂਦੇ ਆ ਉਸਨੂੰ ਪਹਿਲਾਂ ਖੁਰਾਕ ਨਹੀਂ ਮਿਲੀ ਹੁੰਦੀ ਆ, ਕੋਈ ਦਵਾਈ ਦੀ ਲੋੜ ਹੁੰਦੀ ਆ, ਜੋ ਵੀ ਆ। ਸੋ ਇਹਦਾ ਸਾਰਾ ਮੈਡੀਕਲ ਕਰਾ ਕੇ, ਚੈੱਕਅਪ ਕਰਾ ਕੇ ਹੁਣ ਇਹਦੀ ਸਿਹਤ ਬੱਚੀ ਦੀ ਬਿਲਕੁਲ ਸਟੇਬਲਾਈਜ਼ ਸੀ, ਠੀਕ ਸੀ। ਅਤੇ ਉਸ ਤੋਂ ਬਾਅਦ ਅਸੀਂ ਕੁਛ ਗਵਰਨਮੈਂਟ ਵੱਲੋਂ ਅਪਰੂਵਡ ਇੰਸਟੀਟਿਊਸ਼ਨਸ ਹੈ ਜੀ ਜਿਹੜੇ ਕਿ ਜਿਨ੍ਹਾਂ ਨੂੰ ਆਥੋਰਾਈਜ਼ ਕੀਤਾ ਗਿਆ ਕਿ ਉਹ ਬੱਚਿਆਂ ਨੂੰ ਅਡੋਪਸ਼ਨ ਦੇ ਲਈ ਅੱਗੇ ਸੂਟੇਬਲ ਫੈਮਲੀਜ਼ ਨੂੰ ਦੇਖ ਕੇ ਉਹਨਾਂ ਨੂੰ ਅਡੋਪਸ਼ਨ ਲਈ ਦੇ ਸਕਦੇ ਹੈਗੇ ਆ। ਸੋ ਉਹ ਹੁਣ ਅਸੀਂ ਇਹ ਉਸ ਇੰਸਟੀਟਿਊਸ਼ਨ ਨੂੰ ਦਿੱਤੀ ਹੈਗੀ ਆ ਬੱਚੀ, ਤਾਂ ਕਿ ਉਸ ਤੋਂ ਬਾਅਦ ਕੋਈ ਵੀ ਐਸਾ ਜੋੜਾ ਹੋਵੇ ਜਿਨ੍ਹਾਂ ਨੂੰ ਕੋਈ ਆਪਣੇ ਬੱਚੇ ਨਾ ਹੋਣ ਔਰ ਉਹ ਬੱਚਾ ਅਡੋਪਟ ਕਰਨਾ ਚਾਹੁੰਦੇ ਹੋਣ, ਤਾਂ ਉਹਨਾਂ ਨੂੰ ਦੇਖ ਕੇ ਉਹਦਾ ਸਾਰਾ ਬੈਕਗਰਾਊਂਡ ਦੇਖ ਕੇ, ਫੈਮਲੀ ਦਾ ਸਾਰਾ ਕੁਛ ਦੇਖ ਕੇ, ਤਾਂ ਕਿ ਬੱਚੀ ਦਾ ਜਿਹੜਾ ਭਵਿੱਖ ਹੈ ਉਹ ਸੁਰੱਖਿਅਤ ਹੋਵੇ। ਉਸ ਤੋਂ ਬਾਅਦ ਇਹ ਅਡੋਪਸ਼ਨ ਦੇ ਇਹ ਬੱਚੀ ਦਿੱਤੀ ਜਾਏਗੀ, ਤਾਂ ਕਿ ਉੱਥੇ ਖੁਸ਼ੀ ਖੁਸ਼ੀ ਆਪਣੇ ਨਵੇਂ ਪਰਿਵਾਰ ਦੇ ਵਿੱਚ ਇਹ ਵਧੇ ਫੁੱਲੇ, ਪੜ੍ਹਾਈ ਲਿਖਾਈ ਕਰੇ ਔਰ ਆਪਣੀ ਜ਼ਿੰਦਗੀ ਅੱਛੀ ਤਰੀਕੇ ਨਾਲ ਬਤੀਤ ਕਰੇ ਜੀ ਆਪਣੇ ਨਵੇਂ ਪਰਿਵਾਰ ਦੇ ਵਿੱਚ। 167 ਬੱਚੇ, ਇਹ ਜਿਹੜੀ ਬੱਚੀ ਸੀਗੀ 167ਵਾਂ ਬੱਚਾ ਸੀ ਇਹ, ਜਿਹਦੇ ਵਿੱਚ ਲੜਕੇ ਲੜਕੀਆਂ ਮਿਲਾ ਕੇ ਮੈਜੋਰਿਟੀ ਲੜਕੀਆਂ, 143 ਲੜਕੀਆਂ 167 ਦੇ ਵਿੱਚੋਂ ਜੀ। ਬਿਲਕੁਲ ਜੀ, ਇਹ ਤਾਂ ਦੇਖੋ ਭਰੂਣ ਹੱਤਿਆ ਤਾਂ ਮਤਲਬ ਇੱਦਾਂ ਵੱਡਾ ਇੱਕ ਪਾਪ ਹੈਗਾ, ਔਰ ਇਹ ਲੀਗਲੀ ਵੀ ਔਰ ਮੋਰਲੀ ਵੀ, ਐਥੀਕਲੀ ਵੀ, ਸਮਾਜਿਕ ਤੌਰ ਦੇ ਉੱਤੇ ਵੀ, ਕਾਨੂੰਨੀ ਤੌਰ ਦੇ ਉੱਤੇ ਵੀ ਹਰੇਕ ਤਰੀਕੇ ਨਾਲ ਗਲਤ ਹੈ, ਔਰ ਇਸ ਦੇ ਬਾਰੇ ਬੜੇ ਐਫਰਟਸ ਕੀਤੇ ਜਾ ਰਹੇ ਹੈਗੇ ਆ ਔਰ ਜਾਗਰੂਕਤਾ ਵੀ ਆ ਰਹੀ ਹੈ, ਉਹਦਾ ਨਤੀਜਾ ਵੀ ਆਇਆ ਸਾਹਮਣੇ। ਸਾਡਾ ਜਿਹੜਾ ਪੰਜਾਬ ਦਾ ਸੈਕਸ ਰੇਸ਼ੋ ਸੀਗਾ ਬਹੁਤ ਹੀ ਵਿਗੜ ਚ ਗਿਆ ਸੀਗਾ ਔਰ ਵਰਸ ਸੀਗਾ, ਅਤੇ ਉਹ ਹੁਣ ਕਾਫੀ ਇੰਪਰੂਵ ਹੋ ਗਿਆ ਹੈਗਾ। ਇਸ ਮੌਕੇ ਅੰਮ੍ਰਿਤਸਰ ਦੇ DC ਸ਼ਿਵ ਦੁਲਾਰ ਸਿੰਘ ਨੇ ਭੰਗੂੜਾ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਭੰਗੂੜਾ ਸਕੀਮ ਸ਼ੁਰੂ ਕੀਤੀ ਸੀ, ਜਿਸ ਵਿੱਚ ਅੱਜ ਤੱਕ ਇਸ ਭੰਗੂੜੇ ਦੇ ਵਿੱਚ 167 ਬੱਚੇ ਪਹੁੰਚ ਚੁੱਕੇ ਹਨ। ਉਹਨਾਂ ਨੇ ਉਸ ਮਾਪਿਆਂ ਨੂੰ ਅਪੀਲ ਕੀਤੀ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਕਿਧਰੇ ਸੁੱਟਣ ਦੀ ਬਜਾਏ ਇਸ ਭੰਗੂੜੇ ਵਿੱਚ ਰੱਖ ਜਾਣ, ਤਾਂ ਜੋ ਇਹ ਬੱਚੇ ਸਾਡੇ ਸਮਾਜ ਦਾ ਇੱਕ ਹਿੱਸਾ ਬਣ ਸਕਣ। ਭਰੂਣ ਹੱਤਿਆ ਇੱਕ ਅਜਿਹੀ ਸਮਾਜਿਕ ਬੁਰਾਈ ਹੈ ਜਿਹੜੇ ਭਾਰਤ ਦੇਸ਼ ਦੇ ਲਈ ਇੱਕ ਲਾਹਨਤ ਦੇ ਬਰਾਬਰ ਹੈ। ਸਾਨੂੰ ਇਹ ਜਿਹੀ ਕੁਰੀਤੀਆਂ ਦਾ ਖੰਡਨ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਬਿਹਤਰ ਤਰੀਕੇ ਨਾਲ ਅੱਗੇ ਵੱਧ ਸਕੇ। ਅੰਮ੍ਰਿਤਸਰ ਤੋਂ ਜਤਿੰਦਰ ਸਿੰਘ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? ਆਇਲਸ ਇੱਕ ਮਡਿਊਲ 'ਚ 5.5 ਬੈਂਡ ਹੋਣ ਕਰਕੇ ਸੁਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ। ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90 419 90 419।